ਆਲ ਇੰਡੀਆ ਐਂਟੀ ਕਰਪਸ਼ਨ ਮੋਰਚੇ ਦੇ ਚੇਅਰਮੈਨ ਮਹੰਤ ਰਮੇਸ਼ ਆਨੰਦ ਸਰਸਵਤੀ ਦੀ ਅਗਵਾਈ ਹੇਠ ਹਰੀਪੁਰੇ ਵਿੱਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਵਿੱਚ ਸਮਾਰਟ ਕਾਰਡ ਵੰਡੇ ਗਏ। ਇਸ ਮੌਕੇ ਮੋਰਚੇ ਦੇ ਮੈਂਬਰ ਅੰਚਲ ਭੋਲਾ, ਤਾਰਾ ਚੰਦ ਭਗਤ, ਜੁਗਲ ਮਹਾਜਨ ਆਦਿ ਸ਼ਾਮਿਲ ਰਹੇ। ਅੱਜ ਦੀ ਇਹ ਮੀਟਿੰਗ ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਦੇ ਜਨਰਲ ਸੈਕਟਰੀ ਅੰਮ੍ਰਿਤਸਰ ਅੰਚਲ ਭੋਲਾ ਜੀ ਵੱਲੋਂ ਉਪਰਾਲਾ ਕੀਤਾ ਗਿਆ, ਜਿਹੜਾ ਕਿ ਸੈਂਟਰ ਸਰਕਾਰ ਦੇ ਵੱਲੋਂ ਆਏ ਹੈ ਕਿ ਲੋਕਾਂ ਦੇ ਇਲਾਜ ਲਈ ਬੀਮੇ ਦੇ ਕਾਰਡ ਬਣਾਉਣੇ ਹੈ। ਉਹਦਾ ਉਪਰਾਲਾ ਭੋਲਾ ਜੀ ਨੇ ਅਤੇ ਉਹਨਾਂ ਦੀ ਬੇਟੀ ਨੇ ਅਤੇ ਇਲਾਕੇ ਦੇ ਸਹਿਯੋਗੀਆਂ ਨੇ ਇਹਨਾਂ ਦਾ ਸਾਥ ਦੇ ਕੇ ਲੋਕਾਂ ਨੂੰ ਸਹੂਲਤ ਦੇ ਕੇ ਆਪਣੇ ਘਰ 'ਚ ਕੈਂਪ ਲਾ ਕੇ ਇਹ ਉਪਰਾਲਾ ਕੀਤਾ। ਉਹ ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਾ ਔਰ ਮੈਂ ਸਾਰਿਆਂ ਨੂੰ ਇਹ ਗੱਲ ਅਪੀਲ ਕਰਨਾ ਚਾਹੁੰਦਾ ਕਿ ਸਾਰੇ ਲੋਕ ਹੀ ਨਿਸ਼ਪਕਸ਼ ਹੋ ਕੇ ਸਮਾਜ ਸੇਵਾ ਕਰਨ ਲਈ ਇਕੱਠੇ ਰਹਿਣ ਔਰ ਇਕੱਠੇ ਹੋ ਕੇ ਸਮਾਜ ਦੀ ਸੇਵਾ ਕਰਨ ਤਾਂ ਕਿ ਜਿਹੜੇ ਮਜ਼ਲੂਮ ਲੋਕ ਨੇ ਉਹਨਾਂ ਨੂੰ ਪੂਰੀ ਜਿਹੜੀ ਸਹਾਇਤਾ ਮਿਲ ਸਕੇ, ਜਿਹੜੀ ਕਿ ਸੈਂਟਰ ਸਰਕਾਰ ਲਵਾਉਂਦੀ ਹੈ ਜਾਂ ਇਹ ਪੰਜਾਬ ਸਰਕਾਰ ਲਵਾਉਂਦੀ ਹੈ, ਉਹ ਦਲਿਤ ਵਰਗ ਨੂੰ ਮਿਲਣੀ ਚਾਹੀਦੀ ਹੈ, ਉਹਦੇ 'ਚ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ। ਆਲ ਇੰਡੀਆ ਐਂਟੀ ਕਰਪਸ਼ਨ ਮੋਰਚੇ ਵੱਲੋਂ ਜਿਹੜਾ ਅੰਚਲ ਭੋਲਾ ਜਿਹੜੇ ਜਨਰਲ ਸਕੱਤਰ ਸਾਡੇ ਅੰਮ੍ਰਿਤਸਰ ਦੇ ਸਿਟੀ ਦੇ ਨੇ, ਉਹਨਾਂ ਦੇ ਘਰ ਜਿਹੜਾ ਕੈਂਪ ਲਗਾਇਆ ਗਿਆ ਸੀ ਉਸ ਦੇ ਵਿੱਚ ਕਾਰਡ ਜਿਹੜਾ ਤਕਰੀਬਨ 200 ਦੇ ਤਕਰੀਬਨ ਬਣ ਚੁੱਕਾ, ਉਸ ਦੇ ਵਿੱਚ ਜਿੰਨੇ ਕਾਰਡ ਬਣ ਕੇ ਆ ਚੁੱਕੇ ਨੇ ਅੱਜ ਸਾਡੇ ਕੋਲ, ਅਸੀਂ ਅੱਜ ਉਹਦਾ ਵਿਤਰਨ ਜਿਹੜਾ ਗਲੀ ਦੇ ਵਿੱਚ ਕੈਂਪ ਲਗਾ ਕੇ ਐਂਟੀ ਕਰਪਸ਼ਨ ਮੋਰਚੇ ਵੱਲੋਂ ਉਹ ਅੱਜ ਜਿਹੜੇ ਲੋਕਾਂ ਨੂੰ ਦੇ ਦਿੱਤੇ ਨੇ ਕਾਰਡ, ਕਿਉਂਕਿ ਇਹ ਪਹਿਲਾਂ ਹੀ ਕੰਮ ਲੇਟ ਹੋ ਚੁੱਕਾ ਹੈ। ਭਾਰਤ ਸਰਕਾਰ ਵੱਲੋਂ ਜਿਹੜੀ ਸਕੀਮ ਹੈ ਕਾਫੀ ਟਾਈਮ ਪਹਿਲਾਂ ਚਾਲੂ ਸੀ, ਪੰਜਾਬ ਸਰਕਾਰ ਨੇ ਜਿਹੜੀ 1 ਸਤੰਬਰ ਤੋਂ ਸ਼ੁਰੂ ਕੀਤੀ ਸੀ ਉਸ ਨੂੰ ਅੱਜ ਚਾਲੂ ਕੀਤਾ ਲੋਕਾਂ ਨੂੰ ਜਿਹੜਾ ਕਿ ਕਿਉਂਕਿ ਹੈਲਥ ਦਾ ਮੁੱਦਾ ਜਿਹੜਾ ਐਂਟੀ ਕਰਪਸ਼ਨ ਮੋਰਚੇ ਨੇ ਬੜੀ ਦੇਰ ਤੋਂ ਚੁੱਕਿਆ ਹੋਇਆ ਕਿ ਲੋਕਾਂ ਨੂੰ ਜਿਹੜੀ ਸਹੂਲਤ ਹੈ ਇਹ ਮਿਲਣੀ ਚਾਹੀਦੀ ਹੈ। ਇਸ ਦੇ ਨਾਲ 5 ਲੱਖ ਦਾ ਜਿਹੜਾ ਬੀਮਾ ਹੈ ਉਹ ਹਰ ਪਰਿਵਾਰ ਨੂੰ ਸਾਲ ਦਾ ਜਿਹੜਾ ਉਹ ਮਿਲੇਗਾ, ਲੋਕਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਉਹ ਮਿਲਣਗੀਆਂ, ਲੋਕਾਂ ਦੇ ਨਾਲ ਠੱਗੀਆਂ ਜਿਹੜੀਆਂ ਘਟਣਗੀਆਂ ਔਰ ਲੋਕਾਂ ਨੂੰ ਜਿਹੜੀਆਂ ਮੁਸ਼ਕਿਲਾਂ ਹੱਲ ਹੋਣਗੀਆਂ, ਸਿਹਤ ਸੇਵਾਵਾਂ ਜਿਹੜੀਆਂ ਚੰਗੀਆਂ ਮਿਲਣਗੀਆਂ। ਮੈਂ ਅੰਚਲ ਭੋਲਾ ਐਂਟੀ ਕਰਪਸ਼ਨ ਮੋਰਚਾ ਦਾ ਜਨਰਲ ਸੈਕਟਰੀ ਅੰਮ੍ਰਿਤਸਰ, ਮੈਂ ਸਮਾਜ ਸੇਵਾ ਦਾ ਬੀੜਾ ਚੁੱਕਿਆ ਅਤੇ ਮੈਂ ਸਮਾਜ ਸੇਵਾ ਦਾ ਬੀੜਾ ਚੁੱਕੀ ਰੱਖਾਂਗਾ, ਮਿਹਨਤ ਨਾਲ ਕੰਮ ਕਰਾਂਗਾ ਲੋਕਾਂ ਵਾਸਤੇ। ਇੰਨਾ ਕਹਿੰਦਾ ਮੈਂ ਧੰਨਵਾਦ ਕਰਨਾ ਸਰ। ਇਹ ਸਮਾਰਟ ਕਾਰਡ ਬਣ ਕੇ ਆਏ ਨੇ, ਇਹ ਲੋਕਾਂ ਦੀ ਸਿਹਤ ਵਾਸਤੇ ਹੈਗੇ ਨੇ, ਇਹ ਜਿਹੜੇ ਸਰਕਾਰ ਨੇ ਬੀਮਾ ਪੋਲਿਸੀ ਚਲਾਈ ਹੈ ਉਹਦੇ ਵਾਸਤੇ ਇਹ ਕਾਰਡ ਬਣਵਾ ਕੇ ਆਪਾਂ ਲੋਕਾਂ ਦੀ ਸਿਹਤ ਦੇ ਵਾਸਤੇ ਪ੍ਰਤੀ ਸੇਵਾ ਕਰਨ ਵਾਸਤੇ ਕੰਮ ਚੁੱਕਿਆ।